ਓਏ ਬਹੁਤ ਵਧੀਆ ਭਤੀਜੇ, ਤੂੰ ਸਭ ਤੋਂ ਅੱਗੇ ਹੈ। ਜੇ ਤੂੰ ਜਿੱਤ ਗਿਆ ਤਾਂ ਸੰਡੇ ਨੂੰ ਤੇਰੀ ਜਿੱਤਣ ਦੀ ਖੁਸ਼ੀ ਚ ਮੈਂ ਇੱਕ ਸ਼ਾਨਦਾਰ ਪਾਰਟੀ ਰੱਖਾਂਗਾ। ਪਾਰਟੀ? ਹੁਣ ਮੈਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ। ਕੋਈ ਪਾਰਟੀ ਨਹੀਂ ਹੋਣੀ। ਓ ਭਤੀਜੇ ਉੱਠ, ਤੂੰ ਅਜੇ ਵੀ ਜਿੱਤ ਸਕਦਾ। ਯਾਦ ਹੈ ਨਾ ਸੰਡੇ ਦੀ ਪਾਰਟੀ? ਪਾਰਟੀ ਮਤਲਬ ਫ੍ਰੀ ਦਾ ਖਾਣਾ। ਪਾਰਟੀ ਵਿੱਚ ਸਾਨੂੰ ਨਹੀਂ ਬੁਲਾਏਗਾ ਬਲਵੰਤ? ਆ ਜ਼ਰੂਰ ਬੁਲਾਵਾਂਗਾ। ਚਲੋ ਚੰਗਾ, ਘੱਟੋ ਘੱਟ ਤੁਹਾਨੂੰ ਤਾਂ ਪਾਰਟੀ ਯਾਦ ਹੈ ਚਾਚੀ। ਓਹੋ, ਮੇਰੀ ਕਿੱਟੀ ਪਾਰਟੀ ਹੈ ਤਾਂ ਮੈਂ ਭੁੱਲ ਕਿਵੇਂ ਸਕਦੀ ਹਾਂ? ਹਾਂ, ਕਿੱਟੀ ਪਾਰਟੀ ਮਤਲਬ ਚਾਚੂ ਤੇ ਚਾਚੀ ਮੈਨੂੰ ਪ੍ਰੋਮਿਸ ਕੀਤੀ ਪਾਰਟੀ ਭੁੱਲ ਗਏ। ਤੁਹਾਡਾ ਪਲਾਨ ਤਾਂ ਕੰਮ ਕਰ ਗਿਆ। ਭਤੀਜੇ ਨੂੰ ਲੱਗ ਰਿਹਾ ਹੈ ਕਿ ਅਸੀਂ ਅੱਜ ਪਾਰਟੀ ਦੇ ਬਾਰੇ ਭੁੱਲ ਗਏ, ਪਰ ਉਹਨੂੰ ਅਸਲੀ ਸਰਪ੍ਰਾਈਜ਼ ਤਾਂ ਉਦੋਂ ਮਿਲੂਗਾ ਜਦ ਅਸੀਂ ਸ਼ਾਮ ਨੂੰ ਉਹਦੇ ਲਈ ਇੱਕ ਸ਼ਾਨਦਾਰ ਪਾਰਟੀ ਰੱਖਾਂਗੇ। ਮੈਂ ਪਾਰਟੀ ਦੀ ਤਿਆਰੀ ਕਰਨ ਜਾਣਾ। ਅਜੀਬ ਗੱਲ ਹੈ, ਕਿਸੇ ਨੂੰ ਮੇਰੀ ਪਾਰਟੀ ਯਾਦ ਹੀ ਨਹੀਂ। ਮੈਂ ਕਿਹਾ ਸੀ ਨਾ ਕੋਈ ਪਾਰਟੀ ਨਹੀਂ ਹੋਵੇਗੀ। ਚੱਲ ਮੇਰੇ ਵੱਲੋਂ ਇੱਕ ਛੋਟਾ ਜਿਹਾ ਗਿਫਟ ਲੈ ਲੈ। ਮੈਡਮ ਜੀ, ਧੱਕਾ ਮਾਰਦੇ ਮਾਰਦੇ ਮੇਰੀ ਜਾਨ ਨਿਕਲ ਗਈ। ਉਹ ਅਜੀਬ ਜਿਹੀ ਸਟਾਰ ਉਹਦਾ ਨਾਮ ਮੇਰੀ ਲੈਂਦੀ। ਭਤੀਜੇ, ਤੈਨੂੰ ਗਿਫਟ ਦੇਣਾ ਤਾਂ ਬਣਦਾ ਹੈ। ਚਲੋ, ਕਿਸੇ ਨੂੰ ਤਾਂ ਮੇਰੀ ਰੇਸ ਦੀ ਜਿੱਤ ਯਾਦ ਰਹੀ। ਉਹ ਜਿਹੜਾ ਕੰਮ ਬਹਾਦੁਰ ਇੱਕ ਘੰਟੇ ਚ ਨਾ ਕਰ ਸਕਿਆ, ਉਹ ਤੂੰ ਇੱਕ ਮਿੰਟ ਵਿੱਚ ਕਰ ਦਿੱਤਾ। ਸਾਡੀ ਬੰਦ ਜੀਪ ਚਾਲੂ ਕਰ ਦਿੱਤੀ। ਅੱਛਾ, ਇਹ ਵੀ ਭੁੱਲ ਗਈ। ਓਏ ਭਤੀਜੇ ਨੂੰ ਲੱਗ ਰਿਹਾ ਹੈ ਕਿ ਅਸੀਂ ਉਹਦੀ ਪਾਰਟੀ ਬਾਰੇ ਭੁੱਲ ਗਏ, ਪਰ ਜਦੋਂ ਉਹ ਸ਼ਾਮ ਨੂੰ ਪਾਰਟੀ ਵਿੱਚ ਪਹੁੰਚੇਗਾ ਤਾਂ ਉਹਨੂੰ ਅਸਲੀ ਸਰਪ੍ਰਾਈਜ਼ ਮਿਲੂਗਾ। ਮੈਂ ਤੁਹਾਡੇ ਭਤੀਜੇ ਨੂੰ ਸਭ ਦੱਸ ਦਿਆਂਗਾ ਤੇ ਸਾਰਾ ਸਰਪ੍ਰਾਈਜ਼ ਖਰਾਬ ਕਰ ਦਵਾਂਗਾ। ਓ ਨਾ ਬਿੱਟੂ, ਓ ਇੰਜ ਨਾ ਕਰੀ। ਤੈਨੂੰ ਇੱਕ ਜ਼ਰੂਰੀ ਗੱਲ ਦੱਸਣੀ ਹੈ। ਮੈਂ ਅਜੇ ਕੋਈ ਜ਼ਰੂਰੀ ਗੱਲ ਸੁਣਨ ਦੇ ਮੂਡ ਵਿੱਚ ਨਹੀਂ ਹਾਂ। ਓਏ ਸੁਣ, ਦਬੜੀ ਦੀ ਦੁਬੜੀ ਜਾਪਾ ਸ਼ੈਂਪੂ ਕੀ? ਓਏ, ਲੱਗਦਾ ਹੈ ਸਿਰ ਤੇ ਕੁਝ ਵੱਜਣ ਨਾਲ ਬਿੱਟੂ ਦੀ ਆਵਾਜ਼ ਚਲੀ ਗਈ। ਵਾਲ ਵਾਲ ਵੱਜ ਗਏ। ਆ ਭਤੀਜੇ, ਮੈਂ ਸਮਝਾਉਣਾ। ਓਏ ਬਿੱਟੂ ਆਪਣੀ ਪੁਰਾਣੀ ਭਾਸ਼ਾ 'ਚ ਆਪਣੀਆਂ ਸਾਰੀਆਂ ਗਲਤੀਆਂ ਦੇ ਲਈ ਤੇਰੇ ਤੋਂ ਮਾਫੀ ਮੰਗ ਰਿਹਾ ਹੈ, ਤੇ ਨਾਲੇ ਇਹ ਕਹਿ ਰਿਹਾ ਹੈ ਕਿ ਇਹ ਨਾ ਤੇਰਾ ਬਹੁਤ ਵੱਡਾ ਫੈਨ ਹੈ ਤੇ ਤੇਰੇ ਨਾਲ ਦੋਸਤੀ ਕਰਨਾ ਚਾਹੁੰਦਾ ਹੈ। ਅੱਛਾ ਠੀਕ ਹੈ ਬਿੱਟੂ, ਮੈਂ ਤੈਨੂੰ ਮਾਫ ਕੀਤਾ। ਓਏ ਬਿੱਟੂ, ਤੇਰੀ ਮੰਮੀ ਦਾ ਫੋਨ ਆਇਆ ਸੀ। ਅੱਛੇ ਤੀ, ਚੱਲ ਮੈਂ ਨਾ ਤੈਨੂੰ ਘਰ ਛੱਡ ਦਿੰਦਾ। ਚਾਚੇ ਨੂੰ ਬਿੱਟੂ ਦੀ ਇੰਨੀ ਫਿਕਰ ਹੈ ਪਰ ਮੇਰੀ ਨਹੀਂ। ਓ ਜੀ, ਪਾਰਟੀ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ, ਪਰ ਤੁਸੀਂ ਤਾਂ ਭਤੀਜੇ ਨੂੰ ਪਾਰਟੀ ਹਾਲ ਤੱਕ ਲਿਆਉਣਾ। ਤੁਹਾਨੂੰ ਪਲਾਨ ਤਾਂ ਯਾਦ ਹੈ ਨਾ? ਓ ਯਾਦ ਹੈ ਚਾਚੇ, ਮਿਮਿਕਰੀ ਭਾਈ ਚੋਰ ਬਣਨ ਦਾ ਨਾਟਕ ਕਰੇਗਾ। ਮੈਂ ਭਤੀਜੇ ਨੂੰ ਕਵਾਂਗੀ ਮੇਰੀ ਜੀਪ ਖਰਾਬ ਹੋ ਗਈ ਹੈ ਤੇ ਉਹਨੂੰ ਪਾਰਟੀ ਦਾ ਸਰਪ੍ਰਾਈਜ਼ ਦਵਾਂਗੇ। ਮੈਡਮ ਜੀ, ਭਤੀਜਾ ਆ ਗਿਆ। ਚੋਰ, ਚੋਰ! ਹੈ, ਉਹ
ਉਹ ਲੱਗਦਾ ਹੈ ਮਿਮਿਕਰੀ ਚੋਰ ਦੇ ਕੈਰੇਕਟਰ ਵਿੱਚ ਆ ਗਿਆ ਹੈ। ਉਹ ਭਤੀਜੇ ਮੇਰੀ ਜੀਪ ਖਰਾਬ ਹੋ ਗਈ ਹੈ, ਜ਼ਰਾ ਚੋਰ ਨੂੰ ਫੜਨ 'ਚ ਸਾਡੀ ਮਦਦ ਤਾਂ ਕਰ। ਠੀਕ ਹੈ ਬੰਦੂਕਨੀ ਜੀ, ਮੈਂ ਹੁਣੇ ਚੋਰ ਦਾ ਪਿੱਛਾ ਕਰਦਾ। ਭਾਈ ਵਾਹ, ਮਿਮਿਕਰੀ ਨੇ ਤਾਂ ਕਮਾਲ ਦੀ ਐਕਟਿੰਗ ਕੀਤੀ। ਵਾਹ ਬੰਦੂਕਨੀ ਜੀ, ਇੱਕ ਤੁਸੀਂ ਹੋ ਜਿਹੜੇ ਮੇਰੇ ਟੈਲੈਂਟ ਨੂੰ ਪਛਾਣ ਸਕੇ। ਹੈਂ, ਉਹ ਮਿਮਿਕਰੀ ਤੂੰ ਇੱਥੇ ਹੈ ਤਾਂ ਫਿਰ ਉਹ ਚੋਰ ਕੌਣ ਸੀ? ਜਦ ਵੀ ਮੈਂ ਕੋਈ ਚੋਰੀ ਕਰਨ ਜਾਂਦਾ ਹੈ, ਇਹ ਭਤੀਜੇ ਨੂੰ ਕਿਵੇਂ ਪਤਾ ਚੱਲ ਜਾਂਦਾ ਹੈ? ਚਾਚੂ, ਤੁਸੀਂ ਕਿਸੇ ਚੋਰ ਨੂੰ ਇੱਥੇ ਭੱਜਦੇ ਵੇਖਿਆ? ਉਧਰ ਪਿੱਟੂ, ਤੂੰ ਫਿਰ ਤੋਂ ਸ਼ੁਰੂ ਹੋ ਗਿਆ। ਮੈਂ ਕਿਹਾ ਨਾ, ਮੈਂ ਤੈਨੂੰ ਮਾਫ਼ ਕਰ ਦਿੱਤਾ, ਹੁਣ ਤੂੰ ਬਸ ਵੀ ਕਰ। ਕਿੱਥੇ ਫਸ ਗਿਆ ਮੈਂ? ਓ, ਅਸੀਂ ਤਾਂ ਚਾਚੇ ਭਤੀਜੇ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਸੀ, ਇਸ ਚੋਰ ਨੇ ਤਾਂ ਸਾਨੂੰ ਹੀ ਸਰਪ੍ਰਾਈਜ਼ ਕਰ ਦਿੱਤਾ, ਪਰ ਚੋਰ ਮੇਰੇ ਹੱਥੋਂ ਬਚ ਕੇ ਜਾਵੇਗਾ ਕਿੱਥੇ? ਓਏ ਭਤੀਜੇ, ਜਰਾ ਮਾਫ ਕਰੀ, ਉਹ ਪਹੁੰਚਣ 'ਚ ਥੋੜੀ ਦੇਰ ਜੀ ਹੋ ਗਈ। ਕਿਵੇਂ ਲੱਗਿਆ ਸਰਪ੍ਰਾਈਜ਼? ਚਾਚੇ, ਜੇ ਤੂੰ ਉੱਥੇ ਹੈ ਤੇ ਫਿਰ ਇਹ ਕੌਣ ਹੈ? ਇਹਨੂੰ ਤਾਂ ਮੈਂ ਛੱਡਾਂਗਾ ਨਹੀਂ। ਮੇਰੀ ਆਵਾਜ਼ ਤਾਂ ਠੀਕ ਹੋ ਗਈ? ਬੱਲੇ, ਚਾਚਾ ਜੀ ਤੈਨੂੰ ਸਰਪ੍ਰਾਈਜ਼ ਪਾਰਟੀ ਦੇਣ ਵਾਲੇ ਨੇ, ਮਿਮਿਕਰੀ ਸਭ ਚਾਚੇ ਨਾਲ ਮਿਲੇ ਹੋਏ ਨੇ, ਮੈਂ ਤੇਰਾ ਸਰਪ੍ਰਾਈਜ਼ ਖਰਾਬ ਕਰ ਦਿੱਤਾ ਹੈ ਨਾ? ਓਹੋ ਪਿੱਟੂ, ਮੈਨੂੰ ਚਾਚੇ ਦੀ ਸਰਪ੍ਰਾਈਜ਼ ਪਾਰਟੀ ਮਿਲ ਗਈ ਹੈ, ਹੁਣ ਤੂੰ ਹਟ ਸਾਹਮਣੇ ਹੋ, ਮੈਂ ਚੋਰ ਨੂੰ ਫੜਨਾ ਹੈ। ਕੀ ਮਿਲਿਆ ਕੋਈ? ਨਹੀਂ। ਚਲੋ ਫਿਰ ਫੜਦੇ ਆ। ਕੋਈ ਮਿਲਿਆ? ਕੋਈ ਨਹੀਂ। ਚਲੋ ਫਿਰ ਫੜਦੇ ਆ। ਚੋਰ ਕਿੱਥੇ ਗਿਆ? ਉਹ ਮੈਨੂੰ ਕੀ ਪਤਾ, ਤੂੰ ਹੀ ਤਾਂ ਉਹਦੇ ਪਿੱਛੇ ਭੱਜ ਰਿਹਾ ਸੀ। ਚੋਰ ਉਧਰ ਨੂੰ ਭੱਜਿਆ ਏ। ਅਰੇ ਆ ਚੋਰ ਉਸ ਪਾਸੇ। ਓ ਖੜ ਜਾ। ਓ ਬੰਦੂਕਣੀ ਜੀ, ਤੁਹਾਡੀ ਗਣ ਤੋਂ ਕੌਣ ਡਰਦਾ ਹੈ? ਖਬਰਦਾਰ, ਜੇ ਤੂੰ ਹੁਣ ਭੱਜਣ ਦੀ ਕੋਸ਼ਿਸ਼ ਕੀਤੀ। ਬੰਦੂਕ ਦੀ ਗੋਲੀ? ਨਹੀਂ ਨਹੀਂ, ਮੈਂ ਸਰੈਂਡਰ ਕਰਦਾ, ਮੈਂ ਸਰੈਂਡਰ ਕਰਦਾ। ਕਾਨੂੰਨ ਦੇ ਹੱਥੋਂ ਤੇ ਬੰਦੂਕਣੀ ਦੀਆਂ ਲੱਤਾਂ ਤੋਂ ਕੋਈ ਨਾ ਬਚ ਸਕਿਆ। ਬਚਾਓ।
ਜ਼ਰਾ ਪਾਰਟੀ ਦਾ ਕੇਕ ਵੀ ਖਾਦਾ ਜਾਵੇ।